ਗੰਗਾ ਦੇ ਹੀਰਾ ਸਿੰਘ ਪੱਠਲ ਕਾਲਜ 'ਚ ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਵੱਲੋਂ ਕਾਲਜ ਦੇ ਗੇਟ ਬਾਹਰ ਧਰਨਾ ਦਿੱਤਾ ਗਿਆ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਕਾਲਜ ਪ੍ਰਸ਼ਾਸਨ ਦੇ ਕਾਰਨ ਉਹਨਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ। ਉਹਨਾਂ ਵੀ ਦੱਸਿਆ ਕਿ ਪਿਛਲੇ 9 ਮਹੀਨਿਆਂ ਤੋਂ ਅਧਿਆਪਕਾਂ ਨੂੰ ਤਨਖਾਹ ਨਾ ਮਿਲਣ ਕਾਰਨ ਸਟਾਫ 23 ਸਤੰਬਰ ਤੋਂ ਹੜਤਾਲ 'ਤੇ ਹੈ, ਜਿਸ ਕਾਰਨ ਉਹਨਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ। ਇਸ ਦੇ ਚੱਲਦਿਆਂ ਹੀ ਉਹ ਅੱਜ ਧਰਨਾ ਲਾਉਣ ਲਈ ਮਜਬੂਰ ਹੋਏ ਨੇ। ਮੇਰਾ ਨਾਮ ਰਾਜਵਿੰਦਰ ਕੌਰ, ਮੈਂ ਬਾਬਾ ਹੀਰਾ ਸਿੰਘ ਪੱਟਲ ਕਾਲਜ ਦੀ ਸਟੂਡੈਂਟ ਹਾਂ। ਇੱਥੋਂ ਦੇ ਟੀਚਰ ਪਿਛਲੇ 18 ਦਿਨਾਂ ਤੋਂ ਸਟ੍ਰਾਈਕ 'ਤੇ ਬੈਠੇ ਹੋਏ ਆ, ਉਹਨਾਂ ਦੀ ਤਨਖਾਹ ਨਹੀਂ ਮਿਲ ਰਹੀ ਇਸ ਕਰਕੇ। ਟੈਕਨੀਕਲ ਦਾ ਸਟੂਡੈਂਟ ਹਾਂ, ਇੱਥੇ 23 ਦਸੰਬਰ ਤੋਂ ਲੈ ਕੇ ਧਰਨਾ ਚੱਲ ਰਿਹਾ ਹੈਗਾ, ਮਾਸਟਰਾਂ ਦੀ ਤਨਖਾਹ ਨਹੀਂ ਪੈ ਰਹੀ ਇਸ ਕਰਕੇ ਉਹ ਸਟ੍ਰਾਈਕ 'ਤੇ ਬੈਠੇ ਨੇ, ਅਤੇ ਇਸੇ ਕਾਰਨ ਸਾਡੇ ਕਈ ਦਿਨਾਂ ਤੋਂ ਲੈਕਚਰ ਨਹੀਂ ਲੱਗ ਰਹੇ ਅਤੇ ਸਾਨੂੰ ਬਹੁਤ ਔਖਾ ਹੋ ਰਿਹਾ ਹੈ। ਇਸੇ ਕਰਕੇ ਸਾਡੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸਾਡੇ ਲੈਕਚਰ ਲਵਾਉਣੇ ਚਾਹੀਦੇ ਨੇ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਇਸਦਾ ਜਲਦ ਤੋਂ ਜਲਦ ਕੋਈ ਹੱਲ ਕੱਢਿਆ ਜਾਵੇ, ਕਿਉਂਕਿ ਇਮਤਿਹਾਨ ਦੇ ਦਿਨ ਨਜ਼ਦੀਕ ਆ ਰਹੇ ਨੇ। ਲਹਿਰਾ ਕਾਕਾ ਤੋਂ ਗਗਨਦੀਪ ਸਿੰਘ, ਦੈਨਿਕ ਸੂਰਤ ਟੀਵੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।